ਸਤਿਕਾਰਯੋਗ ਦੇਸ਼ਵਾਸੀਓ ਖਾਸ ਕਰਕੇ ਪੰਜਾਬ ਵਾਸੀਓ ਮੈਂ ਲਖਵੀਰ ਸਿੰਘ ਲੋਧੀਨੰਗਲ MLA ਬਟਾਲਾ ਆਪ ਜੀ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਜਿਸ ਹਾਲਾਤ ਵਿੱਚ ਸਾਰਾ ਮੁਲਕ ਹੀ ਨਹੀਂ ਬਲਕਿ ਸਾਰਾ ਵਰਲਡ ਫਸਿਆ ਆ ਇਸ ਸਮੇਂ ਸਾਨੂੰ ਆਪਸੀ ਇੱਕ ਦੂਸਰੇ ਦੇ ਨਾਲ ਕੋਆਪਰੇਸ਼ਨ ਦੇ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਆਪਰੇਸ਼ਨ ਦੇ ਕੇ ਆਪਣੇ ਆਪ ਨੂੰ ਐਸੋਲੇਟ ਕਰਕੇ ਜਿਸ ਤਰ੍ਹਾਂ ਐਡਵਾਈਸਿਸ ਆ ਰਹੀਆਂ ਨੇ ਕਿ ਆਪਾਂ ਬਾਰ ਬਾਰ ਆਪਣੇ ਹੱਥ ਧੋਈਏ ਆਪਾਂ ਕਿਸੇ ਵੀ ਬਾਹਰਲੀ ਆਦਮੀ ਨੂੰ ਟੱਚ ਨਾ ਕਰੀਏ ਆਪਣੇ ਘਰ ਵਿੱਚ ਦਾਲ ਰੋਟੀ ਜਿਹੜੀ ਆ ਇੰਨੇ ਦਿਨ ਖਾ ਕੇ ਆਪਣੇ ਪਰਿਵਾਰ ਵਿੱਚ ਬੈਠ ਕੇ ਇਸ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਲੈ ਕੇ ਚੱਲੀਏ ਔਰ ਇਸੇ ਵਿੱਚ ਹੀ ਆਪਣੀ ਕਾਮਯਾਬੀ ਆ ਅੱਜ ਅਸੀਂ ਆਪਣੇ ਆਪ ਨੂੰ ਬਚਾਵਾਂਗੇ ਤੇ ਸਮਝੋ ਕਿ ਆਪਾਂ ਸਾਰੇ ਦੇਸ਼ ਨੂੰ ਬਚਾ ਰਹੇ ਹਾਂ ਸਾਡੀ ਬਹੁਤ ਵੱਡੀ ਇਸ ਵੇਲੇ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਹਰ ਗੱਲ ਨੂੰ ਸਮਝਦਿਆਂ ਹੋਇਆਂ ਆਪਣਾ ਆਪਣੇ ਬੱਚਿਆਂ ਦਾ ਭਵਿੱਖ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਭਵਿੱਖ ਜਿਹੜਾ ਹਾਲਾਤ ਅੱਜ ਵੇਖ ਰਹੇ ਹਾਂ ਜਿਹੜੇ ਆਪਾਂ ਕਦੀ ਨਹੀਂ ਵੇਖੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਬੜੇ ਹੀ ਪੇਸ਼ੈਂਸ ਦੇ ਨਾਲ ਆਪਣੇ ਆਪ ਨੂੰ ਇਕੱਠਿਆਂ ਰਹਿ ਕੇ ਆਪਣੇ ਘਰ ਵਿੱਚ ਦੂਸਰਿਆਂ ਤੋਂ ਦੂਰ ਰਹਿ ਕੇ ਆਪਾਂ ਨੂੰ ਚੱਲਣਾ ਚਾਹੀਦਾ ਔਰ ਬੜੇ ਹੌਸਲੇ ਨਾਲ ਚੱਲਣਾ ਚਾਹੀਦਾ ਔਰ ਮੈਂ ਸਮਝਦਾ ਕਿ ਜੇਕਰ ਆਪਾਂ ਬੜੀ ਪੇਸ਼ੈਂਸ ਦੇ ਨਾਲ ਸਹਿਯੋਗ ਦੇ ਕੇ ਐਡਮਿਨਿਸਟ੍ਰੇਸ਼ਨ ਨੂੰ ਆਪੋ ਆਪਣੇ ਪਿੰਡਾਂ ਵਿੱਚ ਆਪੋ ਆਪਣੇ ਮੁਹੱਲਿਆਂ 'ਚ ਲੋਕਾਂ ਨੂੰ ਸਮਝਾ ਕੇ ਕਿ ਆਪਾਂ ਬਾਹਰ ਨਹੀਂ ਨਿਕਲਣਾ ਕੋਈ ਗੱਲ ਨਹੀਂ ਆਪਾਂ ਇੱਕ ਵੇਲੇ ਦੀ ਵੀ ਰੋਟੀ ਖਾ ਸਕਦੇ ਹਾਂ ਔਖਾ ਸਮਾਂ ਜਿਹੜਾ ਆ ਉਹ ਕੱਟਿਆ ਜਾ ਸਕਦਾ ਆ ਦਸ ਦਸ ਪੰਦਰਾਂ ਦਿਨ ਆਦਮੀ ਬਿਮਾਰ ਹੋ ਜਾਵੇ ਤਾਂ ਉਹ ਵੀ ਆਪਣੇ ਘਰ ਵਿੱਚ ਪੈਂਦਾ ਆ ਸੋ ਇਸ ਕਰਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਸਾਰੇ ਜਾਣੇ ਉਹਦਾ ਨਾਂ ਲਓ ਸੱਚੇ ਪਾਤਸ਼ਾਹ ਇੱਕ ਕਸ਼ਟ ਦੇ ਦਿਨ ਕੱਟਣ ਔਰ ਆਪਣਾ ਦੇਸ਼ ਔਰ ਜਿਹੜਾ ਵਰਲਡ ਆ ਇਹ ਇਸ ਮੁਸੀਬਤ ਵਿੱਚੋਂ ਨਿਕਲ ਸਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।